बिस्मिल्लाहिर्रहमानिर्रहीम, अस्सलामु अलैकुम मोहतरम बहन भाइयों, मैं हूं मुनव्वर और आप देख रहे हैं मेरा यूट्यूब चैनल मुनव्वर भी। अल्लाह ताला आपको खुश रखे, शाद व आबाद रखे। इसी दुआ के साथ आज का ब्लॉग शुरू करते हैं। आज मैं किचन में मिट्टी ला रही था तो नेरी आ गई, देखो बहुत ही पत्ते गिरे उपरों, इन्ना काम किया है। फरहान दे पापा उरन आयो, देखियो देखा सही हो गया। ठीक बन गया। हाँ जी। ओ वेख उत्ते फूल भी बनाए। अजे उधर ना आ दीवारां नूं उत्ते मिट्टी लानी है, सारी नूं इक्को जिही सोहणी करके ला के ना चिट्टी हो जाए बिलकुल। हाँ जी टोल कर दे। ठीक है तंदूर गरम करने वास्ते। चलो ठीक है, आज मैं ना कूलर नु खोलन लगा। कूलर? हां कूलर बड़ा कूलर है ना। हां जी मैं काय कूलर नु धोना ना। धोना है गर्मी होने आ को नहीं। हां जी एक वैसे खाली पे आज मैं के धो के साफ करके ना रख सकते हैं। ये भी गल सही है, गर्मी हट गई है जी। ਨਾਲ ਹੁਣ ਚਲਾਈ ਦਾ ਨਹੀਂ ਨਾ ਚਲਾਈ ਦਾ ਨਹੀਂ ਦੂਸਰਾ ਵੀ ਜਿਹੜਾ ਡੀਸੀ ਹੈ ਨਾ। ਹਾਂਜੀ ਉਹਨੂੰ ਸਫਾਈ ਕਰਕੇ ਰੱਖ ਦੋ। ਸਹੀ ਪਰੇ ਹੋ ਜਾ। ਸਹੀ ਹੈ ਵੀ ਨਹੀਂ ਇਧਰ ਕੋ ਨਹੀਂ ਲੋ ਜਾ। बेटा रहन दे भारी है ना, तेरे को नहीं चुकी जानी। दरवाजे को परे हो जा, परे हो जा। तू ना छेड़ फिर आना ले। चल तो मैं खोल के नीचे पानी कर लूंगा। पीछे पीछे तेरे कपड़े गिले हो जाने। फरहान जी का तजर्बा तो सही है। हाँ जी ना थोड़ी ना ठहर जा, होने नहीं दवाई लाई है ना थोड़ी देर। बेटा पीछे हो जा। ना कर बहुत फरान ले, इधर हो जा, पीछे हो जा, पीछे हो जा। चल बस जरा निकलता ना बिचों
ਕਚਰਾ ਮਚਰਾ ਇਹਨੂੰ ਸਾਫ ਕਰ ਕੇ ਪਾਣੀ ਸੁੱਟ ਕੇ ਇਹਨੂੰ ਸਾਫ ਕਰ ਛੱਡ ਬਸ ਕਰੋ ਨਾ ਪਤਾ ਉੱਥੇ ਰੱਖ ਛੱਡ ਇਧਰ ਹੋ ਜਾਏਗਾ ਸਰਕਾਰੀਆਂ ਗਰਮੀਆਂ ਦਾ ਜੰਮਿਆ ਵਿੱਚ ਪਾਣੀ ਦੇ ਹਨੇਰੀਆਂ ਬਹੁਤ ਹੁੰਦੀਆਂ ਨਹੀਂ ਇਹ ਲੱਥਦੀ ਨਹੀਂ ਨਾ ਹਾਂ ਖੁੱਲ੍ਹ ਜਾਂਦੀ ਬਸ ਵੈਸੇ ਕੱਪੜਾ ਮਾਰ ਕੇ ਇਹਨੂੰ ਸਾਫ਼ ਕਰ ਛੱਡੋ ਵਿੱਚੋਂ ਸਾਫ਼ ਕਰਕੇ ਨਾ ਇਹਨੂੰ ਕੱਪੜਾ ਮਾਰ ਕੇ ਅਤੇ ਗਿੱਲਾ ਕੱਪੜਾ ਮਾਰ ਕੇ ਸਾਫ਼ ਸਫਾਈ ਕਰ ਦਿਓ ਜੀ ਪਹਿਲਾਂ ਪਾਣੀ ਦੀ ਬਾਲਟੀ ਵਿੱਚ ਸੁੱਟ ਵਧੀਆ ਬਸ ਠੀਕ ਹੋ ਗਿਆ ਵਿੱਚੋਂ ਸਾਫ਼ ਹੋ ਗਿਆ ਪਾਣੀ ਦੀ ਬਾਲਟੀ ਸੁੱਟ ਤੇ ਪਹਿਲਾਂ ਢੱਕਣ ਖੋਲ੍ਹ ਦੇ ਬਾਕੀ ਫਿਰ ਗਿੱਲਾ ਕੱਪੜਾ ਲੈ ਕੇ ਅਤੇ ਉੱਤੇ ਇਹਦੇ ਮਾਰ ਦੇ ਵਿੱਚੋਂ ਸਵਾਰ ਕੇ ਕੱਢ ਦੇ ਕੂਲਰ ਦੀ ਸਾਈਜ਼ ਤਕਰੀਬਨ ਹੋ ਗਈ ਉਹਦੇ ਜਿਹੜੇ ਪਾਰਟਸ ਸੀ ਉਹ ਸਾਈਡ ਵਾਲੀਆਂ ਪਲੇਟਾਂ ਮੈਂ ਸਾਫ਼ ਕਰਕੇ ਰੱਖ ਕੇ ਨਹੀਂ ਬੇਗਮ ਹੁਣ ਸਿਰਫ ਮਾਰ ਕੇ ਅਤੇ ਪਾਣੀ ਮਾਰ ਰਹੀ ਹੈ ਜਿਹੜਾ ਬਹੁਤ ਜ਼ਿਆਦਾ ਥੱਲੇ ਜੰਮੇ ਹਨ ਇਹ ਕੁਛ ਤਾਂ ਮੈਂ ਖੁਰਚਿਆ ਛੁਰੀ ਨਾਲ ਤਾਂ ਕੁਛ ਨਹੀਂ ਲੈਂਦਾ ਜੇ ਨਾ ਕੈਮੀਕਲ ਮਿਲਦਾ ਉਹ ਬੋਤਲ ਇੱਕ ਮਿਲਦੀ ਉਹ ਸਪਰੇ ਮਾਰਦੇ ਜਾਓ ਤਾਂ 5 ਮਿੰਟ ਤੋਂ ਬਾਅਦ ਪਾਣੀ ਮਾਰ ਕੇ ਤੋ ਬਹੁਤ ਸਾਫ਼ ਸੁਥਰਾ ਹੋ ਜਾਂਦਾ ਹਾਂ ਉਹ ਕਿਸ ਵੇਲੇ ਮੈਂ ਉਹ ਲਿਆਵਾਂ ਦਾ ਹਾਂ ਉਹਦੇ ਨਾਲ ਸਫਾਈ ਕਰਾਉਣੀ ਲੇਕਿਨ ਪੱਖੇ 'ਤੇ ਪਾਣੀ ਨਾ ਪਵੇ ਬਸ ਇੱਥੇ ਵੀ ਵਿੱਚ ਹੁੰਦੇ ਨੇ ਬੋਰਡ ਬੂੜੇ ਨਾਲ ਤਾਂ ਪਾਣੀ ਨਾ ਪਵਾ ਉਹ ਕੱਪੜਾ ਵੈਸੇ ਮਾਰ ਛੱਡਣਗੇ ਦੱਸ ਇਹਨੇ ਕੱਪੜਾ ਮਾਰ ਕੇ ਵਿੱਚ ਪਾਣੀ ਦੀ ਬਾਲਟੀ ਸਿੱਟ ਅਤੇ ਢੱਕਣ ਖੋਲ੍ਹ ਦੇ ਸਫਾਈ ਸਾਡੀ ਮੁਕੰਮਲ ਹੋ ਗਈ ਇਸੇ ਅੱਜ ਦਾ ਵਲੋਗ ਅਗਰ ਮੇਰੇ ਪੰਪਾਈਆਂ ਨੂੰ ਪਸੰਦ ਆਵੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਲਾਈਕ ਕਰੋ ਅਗਰ ਤੁਸੀਂ ਸਾਡੇ ਚੈਨਲ 'ਤੇ ਨਹੀਂ ਹੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਬਰ ਵਕਤ ਪਹੁੰਚਦੀ ਰਹੇ ਹੁਣ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼